ਸ਼੍ਰੀਮਦ ਭਗਵਤ ਗੀਤਾ ਪਹਿਲੇ ਅਧਿਆਏ ਦਾ ਮਹਾਤਮ ਇੱਕ ਸਮੇਂ ਪਾਰਵਤੀ ਨੇ ਪੁੱਛਿਆ हे ਮਹਾਦੇਵ ਜੀ ਕਿਹੜੇ ਗਿਆਨ ਦੇ ਬਲ ਨਾਲ ਤੁਹਾਨੂੰ ਦੁਨੀਆਂ ਦੇ ਲੋਕ ਸ਼ਿਵ ਮੰਨ ਕੇ ਪੂਜਦੇ ਹਨ ਸ਼ਿਰਗਸ਼ਾਲਾ ਓੜੇ ਹੋਏ ਅੰਗਾਂ ਵਿੱਚ ਸ਼ਮਸ਼ਾਨ ਦੇ ਬਹੂਤੇ ਲਗਾਏ ਗਲੇ ਵਿੱਚ ਸੱਪ ਅਤੇ ਮੁੰਡ ਮਾਲਾ ਪਾਈ ਰੱਖਦੇ ਹੋ ਇਸ ਵਿੱਚ ਤਾਂ ਕੁਝ ਪਵਿੱਤਰ ਨਹੀਂ ਫਿਰ ਤੁਸੀਂ ਕਿਹੜੇ ਗਿਆਨ ਨਾਲ ਪਵਿੱਤਰ ਹੋ ਉਹ ਗਿਆਨ ਕਿਰਪਾ ਕਰਕੇ ਕਹੋ ਸ਼੍ਰੀ ਮਹਾਦੇਵ ਜੀ ਬੋਲੇ हे ਪਿਆਰੀ ਸੁਣੋ ਗੀਤਾ ਦੇ ਗਿਆਨ ਨੂੰ ਹਿਰਦੇ ਵਿੱਚ ਧਾਰਨ ਕਰਨ ਨਾਲ ਮੈਂ ਪਵਿੱਤਰ ਹਾਂ ਅਤੇ ਉਸ ਗਿਆਨ ਨਾਲ ਮੈਨੋਂ ਬਾਹਰ ਦੇ ਕਰਮ ਨਹੀਂ ਵਿਆਪਦੇ ਹਨ ਅਤੇ ਪਾਰਵਤੀ ਨੇ ਕਿਹਾ हे भगवान ਜਿਸ ਗੀਤਾ ਗਿਆਨ ਦੀ ਤੁਸੀਂ ਅਜਿਹੀ ਸਤੂਤੀ ਕਰਦੇ ਹੋ ਉਸ ਦੇ ਸੁਣਨ ਨਾਲ ਕਿ ਕੋਈ ਕਰਤਾਰਥ ਵੀ ਹੋਇਆ ਹੈ ਤਾਂ ਸ਼੍ਰੀ ਮਹਾਦੇਵ ਜੀ ਨੇ ਕਿਹਾ ਇਸ ਗਿਆਨ ਨੂੰ ਸੁਣ ਕੇ ਬਹੁਤ ਸਾਰੇ ਜੀਵ ਕਰਤਾਰਥ ਹੋਏ ਹਨ ਅਤੇ ਅੱਗੇ ਵੀ ਹੋਣਗੇ ਡੰਡੀ ਮੈਂ ਤੈਨੂੰ ਇੱਕ ਪ੍ਰਾਤਨ ਕਥਾ ਕਹਿੰਦਾ ਹਾਂ ਤੂੰ ਸੁਣ ਡੰਡੀ ਇੱਕ ਸਮੇਂ ਪਤਾਲ ਲੋਕ ਵਿੱਚ ਸ਼ੇਸ਼ਨਾਗ ਦੇ ਛਾਇਆ ਉੱਤੇ ਸ਼੍ਰੀ ਨਰਾਇਣ ਜੀ ਅੱਖਾਂ ਮੀਚ ਕੇ ਆਪਣੇ ਆਨੰਦ ਵਿੱਚ ਮਗਨ ਸਨ ਡੰਡੀ ਉਸੇ ਸਮੇਂ ਭਗਵਾਨ ਦੇ ਪੈਰੇ ਦਬਾਉਂਦੇ ਹੋਏ ਸ਼੍ਰੀ ਲక్ష్ਮੀ ਜੀ ਨੇ ਪੁੱਛਿਆ हे ਪ੍ਰਭੂ ਨੀਂਦ ਅਤੇ ਆਲਸ ਉਹਨਾਂ ਪੁਰਸ਼ਾਂ ਨੂੰ ਵਿਆਪਦਾ ਹੈ ਜਿਹੜੇ ਜੀਵ ਤਮਸੇ ਹਨ ਡੰਡੀ ਫੇਰ ਤੁਸੀਂ ਤਾਂ ਤਿੰਨਾ ਗੁਣਾ ਤੋਂ ਵੀ ਪਰੇ ਸ਼੍ਰੀ ਨਾਰਾਇਣ ਪ੍ਰਭੂ ਵਾਸੂਦੇਵ ਹੋ ਤੁਸੀਂ ਤਾਂ ਅੱਖਾਂ ਮੀਚੇ ਹੋਏ ਹੋ ਏ ਮੈਨੂੰ ਹੈਰਾਨਗੀ ਹੈ ਡੰਡੀ ਸ਼੍ਰੀ ਨਾਰਾਇਣ ਜੀ ਬੋਲੇ हे ਲక్ష్ਮੀ ਮੈਨੂੰ ਇੰਦਾ ਆਲਸ ਨਹੀਂ ਵਿਆਪਦਾ ਇੱਕ ਸ਼ਬਦ ਰੂਪੇ ਜੋ ਭਗਵਤ ਗੀਤਾ ਹੈ ਉਸ ਵਿੱਚ ਜੋ ਗਿਆਨ ਹੈ ਉਸ ਦੇ ਆਨੰਦ ਵਿੱਚ ਮਗਨ ਰਹਿੰਦਾ ਹਾਂ ਜਿਵੇਂ 24 ਅਵਤਾਰ ਮੇਰੇ ਆਕਾਰ ਰੂਪ ਹਨ ਉਵੇਂ ਇਹ ਗੀਤਾ ਰੂਪੀ ਅਵਤਾਰ ਹੈ ਡੰਡਿੰਗ ਇਸ ਗੀਤਾ ਵਿੱਚ ਇਹ ਮੇਰੇ ਅੰਗ ਹਨ ਡੰਡੀ ਪੰਜ ਅਧਿਆਏ ਮੇਰਾ ਮੂੰਹ ਹੈ ਪੰਜ ਅਧਿਆਏ ਮੇਰੀਆਂ ਪੁਜਾਵਾਂ ਹਨ ਪੰਜ ਅਧਿਆਏ ਮੇਰਾ ਹਿਰਦੇ ਅਤੇ ਮਨ ਹਨ 16ਵਾਂ ਅਧਿਆਏ ਮੇਰਾ ਪੇਟ ਹੈ 17ਵਾਂ ਅਧਿਆਏ ਮੇਰੇ ਪੱਟ ਹਨ 18ਵਾਂ ਅਧਿਆਏ ਮੇਰੇ ਪੈਰ ਹਨ ਡੰਡੀ ਸਾਰੇ ਗੀਤਾ ਦੇ ਜੋ ਸ਼ਲੋਕ ਹਨ ਉਹ ਮੇਰੀਆਂ ਨਾੜੀਆਂ ਹਨ ਅਤੇ ਜੋ ਗੀਤਾ ਦੇ ਅੱਖਰ ਹਨ ਉਹ ਮੇਰੇ ਰੋਏ ਹਨ ਡੰਡੀ ਅਜੇਹਾ ਜੋ ਮੇਰਾ ਸ਼ਬਦ ਰੂਪੀ ਗੀਤਾ ਗਿਆਨ ਹੈ ਉਸੇ ਦੇ ਅਰਥ ਨੂੰ ਮੈਂ ਵਿਚਾਰਦਾ ਹੋਇਆ ਬਹੁਤ ਆਨੰਦ ਨੂੰ ਪ੍ਰਾਪਤ ਹੁੰਦਾ ਹਾਂ ਡੰਡੀ ਸ਼੍ਰੀ ਲਕਸ਼ਮੀ ਜੀ ਬੋਲੇ ਹੈ ਨਾਰਾਇਣ ਜੀ ਜਦੋਂ ਸ਼੍ਰੀ ਗੀਤਾ ਦਾ ਇਹਨਾਂ ਗਿਆਨ ਹੈ ਤਾਂ ਉਸ ਨੂੰ ਸੁਣ ਕੇ ਕੋਈ ਅਕਰਥਾਰਤ ਵੀ ਹੋਇਆ ਹੈ ਉਹ ਮੈਨੂੰ ਕਹੋ ਤਾਂ શ્રી ਨਰਾਇਣ ਜੀ ਨੇ ਕਿਹਾ ਹੈ ਲక్ష్ਮੀ ਗੀਤਾ ਗਿਆਨ ਨੂੰ ਸੁਣ ਕੇ ਬਹੁਤ ਸਾਰੇ ਜੀਵਨ ਕਰਤਾਰਥ ਹੋਏ ਹਨ ਉਹ ਤੂੰ ਸੁਣ ਡੰਢੀ শূਦਰ ਵਰਣ ਦਾ ਪ੍ਰਾਣੀ ਜੋ ਚੰਡਾਲਾਂ ਦੇ ਕਰਮ ਕਰਦਾ ਸੀ ਅਤੇ ਤੇਲ ਲੂਣ ਦਾ ਵਪਾਰ ਕਰਦਾ ਸੀ ਉਸ ਨੇ ਬੱਕਰੀ ਪਾਲੀ ਡੰਢੀ ਇੱਕ ਦਿਨ ਉਹ ਬੱਕਰੀ ਚਰਾਉਣ ਲਈ ਬਾਹਰ ਗਿਆ ਡੰਢੀ ਦਰਕਤਾ ਦੇ ਪੱਤੇ ਤੋੜਨ ਲੱਗਾ ਉੱਥੇ ਸੱਪ ਨੇ ਉਸ ਨੂੰ ਡੱਸ ਲਿਆ ਡੰਢੀ ਛੇਤੀ ਹੀ ਉਸ ਦੇ ਪ੍ਰਾਣ ਨਿਕਲ ਗਏ ਡੰਢੀ ਮਰ ਕੇ ਉਸ ਨੇ ਬਹੁਤ ਭੋਗ ਭੋਗੇ ਫਿਰ ਬੌਲਦ ਦਾ ਜਨਮ ਲਿਆ ਡੰਢੀ ਉਸ ਬੌਲਦ ਨੂੰ ਇੱਕ ਪਖਾਰੀ ਨੇ ਮੁੱਲ ਲੈ ਲਿਆ ਡੰਢੀ ਉਹ ਪਖਾਰੀ ਉਸ ਉੱਤੇ ਚੜ ਕੇ ਸਾਰਾ ਦਿਨ ਮੰਗਦਾ ਫਿਰਦਾ ਸੀ ਜੋ ਕੁਝ ਭੇਖ ਮੰਗ ਕੇ ਲਿਆਉਂਦਾ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਖਾਂਦਾ ਸੀ ਬੋਲਦ ਸਾਰੀ ਰਾਤ ਦਰਵਾਜ਼ੇ ਨਾਲ ਬਲਨਿਆ ਰਹਿੰਦਾ ਉਸ ਦੇ ਖਾਣ ਪੀਣ ਦੀ ਵੀ ਖਬਰ ਨਾ ਲੈਂਦਾ ਕੁਝ ਥੋੜਾ ਜਿਹਾ ਪੂਸਾ ਉਸ ਦੇ ਅੱਗੇ ਪਾ ਦਿੰਦਾ ਡੰਡੀ ਜਦੋਂ ਦਿਨ ਚੜਦਾ ਫਿਰ ਬੋਲਦ ਉੱਤੇ ਚੜ ਕੇ ਭਿਖਿਆ ਮੰਗਦਾ ਫਿਰ ਤਾਂ ਕਈ ਦਿਨ ਗੁਜ਼ਰੇ ਤਾਂ ਉਹ ਬੌਲਡ ਭੁੱਖ ਦਾ ਮਾਰਿਆ ਹੋਇਆ ਡਿੱਗ ਪਿਆ ਪਰ ਉਸਦੇ ਪ੍ਰਾਣ ਛੁੱਟੇ ਨਹੀਂ ਡੰਢੀ ਸ਼ਹਿਰ ਦੇ ਲੋਕ ਵੇਖਿਆ ਕਰਨ ਕੋਈ ਤੀਰਥ ਦਾ ਫਲ ਦੇਵੇ ਕੋਈ ਵਰਤ ਦਾ ਫਲ ਦੇਵੇ ਪਰ ਉਸਦੇ ਪ੍ਰਾਣ ਨਹੀਂ ਛੁੱਟੇ ਇੱਕ ਦਿਨ ਇੱਕ ਵੈਸ਼ਿਆ ਆਈ ਉਸਨੇ ਲੋਕਾਂ ਤੋਂ ਪੁੱਛਿਆ ਇਹ ਭੀੜ ਕਿਸ ਲਈ ਹੈ ਤਾਂ ਉਹਨਾਂ ਨੇ ਉਸਨੂੰ ਕਿਹਾ ਬੋਲਦੇ ਦੇ ਪ੍ਰਾਣ ਨਹੀਂ ਨਿਕਲਦੇ ਡੰਡੀ ਬਹੁਤ ਸਾਰੇ ਪੁੰਨ ਦੇ ਫਲ ਦੇ ਰਹੇ ਹਨ ਤਾਂ ਵੀ ਇਸ ਦੀ ਮੁਕਤੀ ਨਹੀਂ ਹੁੰਦੀ ਡੰਡੀ ਤਾਂ ਵੈਸ਼ਿਆ ਨੇ ਕਿਹਾ ਮੈਂ ਜਿਹੜਾ ਕਰਮ ਕੀਤਾ ਹੈ ਉਸ ਦਾ ਫਲ ਇਸ ਬੋਲ ਦੇ ਦੇ ਨਿਮਤ ਦਿੱਤਾ ਡੰਡੀ ਇਹਨਾਂ ਕਹਿੰਦਾ ਹੈ ਬੋਲ ਦੇ ਦੀ ਮੁਕਤੀ ਹੋ ਗਈ ਤਾਂ ਬੋਲ ਨੇ ਇੱਕ ਬ੍ਰਾਹਮਣ ਦੇ ਘਰ ਜਨਮ ਲਿਆ ਡੰਡੀ ਪਿਤਾ ਨੇ ਇਸ ਦਾ ਨਾਂ ਸ਼ੁਸ਼ਰਮਾ ਰੱਖਿਆ ਡੰਡੀ ਜਦੋਂ ਵੱਡਾ ਹੋਇਆ ਪਿਤਾ ਨੇ ਇਸ ਨੂੰ ਪੜਾਇਆ ਉਦੋਂ ਇਸ ਨੂੰ ਪਿਛਲੇ ਜਨਮ ਦੇ ਸ਼ੁੱਧ ਰਹੇ ਸੀ ਇਹ ਬਹੁਤ ਸੋਣਾ ਹੋਇਆ ਡੰਡੀ ਉਸਨੇ ਇੱਕ ਦਿਨ ਮਨ ਵਿੱਚ ਵਿਚਾਰ ਕੀਤਾ ਜਿਸ ਵੈਸ਼ਣੇ ਮੈਨੂੰ ਬੋਲ ਦੇ ਦੀ ਯੋਨੀ ਤੋਂ ਛੁਡ ਆਇਆ ਸੀ ਉਸ ਦਾ ਦਰਸ਼ਨ ਕਰਾਂ ਡੰਡੀ ਬ੍ਰਾਹਮਣ ਚੱਲਦਾ ਚੱਲਦਾ ਵੈਸ਼ਿਆ ਦੇ ਕਰ ਗਿਆ ਅਤੇ ਕਿਹਾ ਕੇ ਤੂੰ ਮੈਨੂੰ ਪਛਾਣਦੇ ਹੈ ਵੈਸ਼ਿਆ ਨੇ ਕਿਹਾ ਮੈਂ ਨਹੀਂ ਪਛਾਣਦੀ ਤੂੰ ਕੌਣ ਹੈ ਮੇਰੇ ਤੇਰੇ ਕੀ ਪਛਾਣ ਹੈ ਤੂੰ ਬ੍ਰਾਹਮਣ ਹੈ ਮੈਂ ਵੈਛਿਆ ਡੰਡੀ ਤਾਂ ਬ੍ਰਾਹਮਣ ਨੇ ਕਿਹਾ ਮੈਂ ਉਹੋ ਹੀ ਬੋਲਦ ਹਾਂ ਜਿਸ ਨੂੰ ਤੂੰ ਆਪਣਾ ਪੁੰਨ ਦਿੱਤਾ ਸੀ ਤਾਂ ਮੈਂ ਬੋਲਦ ਦੇ ਯੋਨੀ ਤੋਂ ਛੁੱਟਿਆ ਸੀ ਹੁਣ ਮੈਂ ਬ੍ਰਾਹਮਣ ਦੇ ਅੰਕਾਰ ਜਨਮ ਲਿਆ ਹੈ ਡੰਡੀ ਤੂੰ ਆਪਣਾ ਉਹ ਪੁੰਨ 10 ਵੈਸ਼ਿਆ ਨੇ ਕਿਹਾ ਮੈਂ ਆਪਣੀ ਜਾਣਕਾਰੀ ਵਿੱਚ ਕੋਈ ਪੁੰਨ ਨਹੀਂ ਕੀਤਾ ਪਰ ਮੇਰੇ ਘਰ ਇੱਕ ਤੋਤਾ ਹੈ ਉਹ ਸਵੇਰੇ ਕੁੱਝ ਪੜਦਾ ਹੈ ਡੰਡੀ ਮੈਂ ਉਸਦੇ ਵਾਕ ਸੁਣਦੇ ਹਾਂ ਡੰਡੀ ਉਸਪਨ ਦਾ ਫਲ ਮੈਂ ਤੇਰੇ ਨਿਮਿਤ ਦਿੱਤਾ ਸੀ ਤਾਂ ਬ੍ਰਾਹਮਣ ਨੇ ਤੋਤੇ ਕੋਲੋਂ ਪੁੱਛਿਆ ਤੂੰ ਸਵੇਰੇ ਕੀ ਪੜਦਾ ਹੈ ਤੋਤੇ ਨੇ ਕਿਹਾ ਮੈਂ ਪਿਛਲੇ ਜਨਮ ਵਿੱਚ ਬ੍ਰਾਹਮਣ ਦਾ ਪੁੱਤਰ ਸੀ ਡੰਡੀ ਪਿਤਾ ਨੇ ਮੈਨੂੰ ਗੀਤਾ ਦੇ ਪਹਿਲੇ ਅਧایه ਦਾ ਪਾਠ ਸੁਨਾਇਆ ਸੀ ਡੰਡੀ ਇੱਕ ਦਿਨ ਮੈਂ ਗੁਰੂ ਨੋ ਕਿਹਾ ਮੈਨੂੰ ਗੁਰੂ ਨੇ ਕੀ ਪੜਾਇਆ ਤਾਂ ਗੁਰੂ ਜੀ ਨੇ ਮੈਨੂੰ ਸ਼ਰਾਪ ਦਿੱਤਾ ਕਿ ਤੂੰ ਤੋਤਾ ਬਣ ਜਾ ਤਾਂ ਮੈਂ ਤੋਤਾ ਬਣ ਗਿਆ ਇੱਕ ਦਿਨ ਫੰਦਕ ਮੈਨੂੰ ਫੜ ਕੇ ਲੈ ਗਿਆ ਡੰਡੀ ਇੱਕ ਬ੍ਰਾਹਮਣ ਨੇ ਮੈਨੂੰ ਮੁੱਲ ਲੈ ਲਿਆ ਡੰਡੀ ਉਹ ਬ੍ਰਾਹਮਣ ਆਪਣੇ ਪੁੱਤਰ ਨੂੰ ਗੀਤਾ ਦਾ ਪਾਠ ਸਿਖਾਉਂਦਾ ਸੀ ਡੰਡੀ ਤਾਂ ਮੈਂ ਵੀ ਉਹ ਗੀਤਾ ਦਾ ਪਾਠ ਸਿੱਖ ਲਿਆ ਡੰਡੀ ਦਨ ਬ੍ਰਾਹਮਣ ਦੇ ਘਰ ਚੋਰ ਆਏ ਡੰਡੀ ਉਹਨਾਂ ਨੂੰ ਧਨ ਤਾਂ ਪ੍ਰਾਪਤ ਨਹੀਂ ਹੋਇਆ ਮੇਰਾ ਪਿੰਜਰਾ ਚੁੱਕ ਕੇ ਲੈ ਗਏ ਡੰਡੀ ਉਹਨਾਂ ਚੋਰਾਂ ਦੀ ਇਹ ਵੈਛਿਆ ਮਿੱਤਰ ਹੈ ਡੰਡੀ ਮੈਨੂੰ ਇਸ ਦੇ ਕੋਲ ਲੈ ਆਏ ਸੋ ਮੈਂ ਹਰ ਰੋਜ਼ ਗੀਤਾ ਜੀ ਦੇ ਪਹਿਲੇ ਅਧਿਆਏ ਦਾ ਪਾਠ ਕਰਦਾ ਹਾਂ ਡੰਡੀ ਇਹ ਸੁਣਦੀ ਹੈ ਪਰ ਵੈਛਿਆ ਦੀ ਸਮਝ ਵਿੱਚ ਨਹੀਂ ਆਉਂਦਾ ਜੋ ਮੈਂ ਪੜ੍ਹ ਦਾ ਹਾਂ ਡੰਡੀ ਉਹੀ ਪੁੰਨ ਤੇਰੇ ਨਿਮਿਤ ਦਿੱਤਾ ਹੈ ਉਹ ਗੀਤਾ ਜੀ ਦੇ ਪਹਿਲੇ ਅਧਾਇਏ ਦੇ ਪਾਠ ਦਾ ਫਲ ਹੈ ਤਾਂ ਬ੍ਰਾਹਮਣ ਨੇ ਕਿਹਾ हे ਤੋਤੇ ਤੂੰ ਵੀ ਬ੍ਰਾਹਮਣ ਹੈ ਡੰਡੀ ਮੇਰੇ ਆਸ਼ੀਰਵਾਦ ਨਾਲ ਤੋਤੇ ਦੀ ਮੁਕਤੀ ਹੋਈ ਡੰਡੀ ਵੈਸ਼ਿਆ ਨੇ ਵੀ ਚੰਗੇ ਕਰਮ ਗ੍ਰਹਿਣ ਕੀਤੇ ਡੰਡੀ ਰojana ਇਸ਼ਨਾਨ ਕਰਕੇ ਅਤੇ ਗੀਤਾ ਦੇ ਪਹਿਲੇ ਅਧਿਆਏ ਦਾ ਪਾਠ ਕਰੇ ਡੰਡੀ ਇਸ ਨਾਲ ਉਸ ਦੀ ਵੀ ਮੁਕਤੀ ਹੋਏ ਡੰਡੀ ਸ਼੍ਰੀ ਨਰਾਇਣ ਨੇ ਕਿਹਾ हे ಲಕ್ಷਮੀ ਜੋ ਕੁਝ ਵੀ ਨਾ ਜਾਣ ਕੇ ਵੀ ਗੀਤਾ ਦਾ ਪਾਠ ਕਰੇ ਜਾਂ ਉਸ ਨੂੰ ਸੁਣੇ ਉਸ ਨੂੰ ਵੀ ਮੁਕਤੀ ਮਿਲੇਗੀ ਸਮਾਪਤ